ਹੇ ਗਾਇਸ, ਗੁੱਡ ਮਾਰਨਿੰਗ। ਸਵੇਰ ਦਾ ਟਾਈਮ, ਮੌਸਮ ਪੂਰਾ ਘੈਂਟ ਹੈ। ਪੱਠੇ ਵੱਢਣ ਲੱਗੇ ਹਾਂ ਅਤੇ ਪਹਿਲਾਂ ਆਪਾਂ ਵੱਢਾਂਗੇ ਆਹ ਵਾਲੇ ਪੱਠੇ, ਫਿਰ ਥੋੜ੍ਹਾ ਜਿਹਾ ਬਰਸੀਨ ਰਹਿੰਦਾ ਉਹ ਵੱਢਾਂਗੇ। ਹਥਿਆਰ ਆਪਣੇ ਕੋਲ ਪਏ ਆ, ਦਾਤੀ ਦਾਤੀ ਚੱਕੀਏ ਸਵੇਰੇ ਸਵੇਰੇ ਵੱਢ ਕੇ, ਫਿਰ ਕਰਦੇ ਹਾਂ ਗੱਲਬਾਤ। ਆਪਾਂ ਬਣਾਉਣ ਲੱਗੇ ਹਾਂ ਨਿਊਡਲ। ਨਿਊਡਲ ਕਿ ਮੈਗੀ? ਲੋਕਡਾਊਨ ਆ, ਉਹੀ ਕੰਮ, ਫਿਰ ਬਣਾ ਲਓ ਖਾ ਲਓ, ਬਣਾ ਲਓ ਖਾ ਲਓ। ਪਰ ਐਕਸਰਸਾਈਜ਼ ਵੀ ਕਰੋ ਨਾਲ, ਨਹੀਂ ਤਾਂ ਅਨਫਿੱਟ ਹੋ ਜਾਓਗੇ। ਕਿੰਨੇ ਪਿਆਜ਼? 3 ਆਲੂ, ਇੱਕ ਆਲੂ, ਕੱਦੂ। ਕੱਦੂ ਤਾਂ ਨਹੀਂ ਪਾਉਣਾ, ਕੱਦੂ ਥੋੜ੍ਹੀ ਪੈਂਦਾ ਹੁੰਦਾ ਵਿੱਚ ਇਹਦੇ। ਐਂਡ ਪਿਆਜ਼ ਕਿੰਨੇ, ਛੋਟੇ ਵੱਡੇ? ਇਹ ਵਾਲੇ ਅੱਜ ਦੋਸਤ, ਤੁਹਾਨੂੰ ਅੱਜ ਬਣਾਉਣਾ ਸਿਖਾਉਣੇ ਆ ਨਿਊਡਲ ਕਿੱਦਾਂ, ਮੈਗੀ ਕਿੱਦਾਂ ਬਣਾਈ ਦੀ ਆ। ਇੱਕ ਆਲੂ, 3-4 ਪਿਆਜ਼ ਅਤੇ ਹਰੀ ਮਿਰਚ, ਮਟਰ, ਸ਼ਿਮਲਾ ਮਿਰਚ ਵੀ ਪਾ ਸਕਦੇ ਨਾਲ ਤੁਸੀਂ, ਟਮਾਟਰ, ਬਾਕੀ ਲੂਣ ਮਿਰਚ ਸਵਾਦ ਅਨੁਸਾਰ, ਜਿੱਦਾਂ ਦਾ ਵੀ ਖਾਣਾ ਪਸੰਦ ਕਰਦੇ ਹੋ। ਕੱਟ ਲਈ ਪਿਆਜ਼, ਫਿਰ ਮਿਲਦੇ ਹਾਂ। ਨਿਊਡਲ ਪਹਿਲਾਂ ਆਪਾਂ ਪਾਣੀ ਦੇ ਵਿੱਚ ਉਬਲਣੇ ਰੱਖ ਦਿੱਤੇ ਆ, ਪਿਆਜ਼ ਆਪਾਂ ਕੱਟ ਲਏ ਆ 100-4 ਕਿਲੋ। ਜਿਵੇਂ ਜਿਵੇਂ ਪਿਆਜ਼ ਮਹਿੰਗੇ ਹੋਈ ਜਾਂਦੇ ਆ, ਕੌੜੇ ਹੀ ਬਹੁਤ ਆ, ਬੁਰਾ ਹਾਲ ਹੋ ਗਿਆ ਅੱਖਾਂ ਦੇ ਵਿੱਚ ਪੈ ਗਏ। ਹਰੀ ਮਿਰਚ, ਹਰੀਆਂ ਮਿਰਚਾਂ ਕਿੰਨੀਆਂ ਕੱਟਣੀਆਂ ਡੀ? ਸਵਾਦ ਅਨੁਸਾਰ, ਚਲੋ 4 ਕੱਟ ਲਓ, 5 ਕੱਟ ਲਓ। ਹਰੀਆਂ ਮਿਰਚਾਂ ਅੱਜ ਕੱਲ੍ਹ ਕੌੜੀਆਂ ਨਹੀਂ ਹੁੰਦੀਆਂ, ਤਾਜ਼ੀਆਂ ਮਿਰਚਾਂ ਹੁੰਦੀਆਂ ਨਾ, ਆਪਾਂ ਤੋੜੀਆਂ ਸੀਗੀਆਂ ਤਾਜ਼ੀਆਂ। ਦੋਸਤੋ, ਤੁਹਾਨੂੰ ਦਿਖਾਉਣੇ ਆ ਨਿਊਡਲ ਕਿੱਦਾਂ ਬਣਦੇ ਆ, ਤੁਸੀਂ ਘਰ ਦੇ ਵਿੱਚ ਟਰਾਈ ਕਰ ਸਕਦੇ ਹੋ। ਨਾਲ ਇੱਕ ਹੋਰ ਡਿਸ਼ ਵੀ ਬਣਨ ਲੱਗੀ ਆ, ਆਲੂ ਚਿਪਸ, ਹੋਮ ਮੇਡ। ਉਹ ਨਹੀਂ ਹੈਗੇ ਹਰੇ, ਪੀਲੇ, ਲਾਲ, ਉਹ ਨਹੀਂ ਹੈਗੇ। ਸਰੋਂ ਦਾ ਤੇਲ ਆਪਾਂ ਪਾ ਲਿਆ, ਗਰਮ ਹੋ ਰਿਹਾ, ਆਪਾਂ ਪ੍ਰੈਫਰੈਂਸ ਕਰਦੇ ਹਾਂ ਸਰੋਂ ਦੇ ਤੇਲ ਨੂੰ। ਰਿਫਾਇੰਡ ਨਾ ਵਰਤੋ, ਘਿਓ ਨਾ ਵਰਤੋ, ਸਰੋਂ ਦਾ ਤੇਲ ਵਰਤੋ, ਇਹ ਆਪਣੀ ਸਿਹਤ ਦੇ ਲਈ ਹੈਲਥੀ ਹੁੰਦਾ ਵਾ। ਮੈਗੀ ਮਸਾਲਾ ਅੱਜ ਤੋਂ ਲਿਆਂਦਾ ਆਪਾਂ, ਮੈਗੀ ਮਸਾਲਾ। ਆਲੂ ਚਿਪਸ ਤਿਆਰ ਹੋ ਰਹੀ ਹੈ, ਸਰਸੋਂ ਦੇ ਤੇਲ ਨੇ। ਇੱਧਰ ਆਪਣੇ ਜਿਹੜੇ ਉਹ ਨਿਊਡਲ ਸੀਗੇ ਉਹ ਬਾਊਲ ਹੋ ਰਹੇ ਆ, ਇਹਦੇ ਵਿੱਚ ਤੜਕਾ ਲਗਾ ਕੇ ਤੇਲ ਦੇ ਵਿੱਚ ਆਪਾਂ ਚੱਕ ਕੇ ਇੱਧਰ ਪਾ ਦੇਣੇ ਆ ਅਤੇ ਬਣ ਗਏ। ਸਿੰਪਲ ਜੀ ਗੱਲ, ਐਵੇਂ ਆਪਾਂ ਸ਼ਹਿਰਾਂ ਦੇ ਵਿੱਚ ਪੈਸੇ ਲਾਉਂਦੇ ਰਹਿੰਦੇ ਹਾਂ, ਘਰ ਦੇ ਵਿੱਚ ਖਾਓ ਨਾਲੇ ਵਧੀਆ ਸਾਫ਼ ਸੁਥਰਾ ਭੋਜਨ ਆਪਾਂ ਘਰ ਦੇ ਵਿੱਚ ਖਾਂਦੇ ਹਾਂ, ਬਿਮਾਰੀਆਂ ਤੋਂ ਰਹਿਤ। ਹੁਣ ਤਾਂ ਕਰੋਨਾ ਚੱਲਦਾ ਅਤੇ ਘਰ ਦੇ ਵਿੱਚ ਖਾਓ, ਹੈਂਡ ਵਾਸ਼ ਕਰਦੇ ਰਹੋ, ਮਾਸਕ ਪਹਿਨੋ ਬਾਹਰ ਜਾਣ ਲਈ। ਘਰ ਦੇ ਵਿੱਚ ਚਲੋ ਆਪਾਂ ਦਾ ਲਗਾਇਆ ਨਹੀਂ ਹੈਗਾ। ਬਣ ਗਏ, ਟੇਸਟ ਕਰ ਸਕਦੇ ਹਾਂ, ਗਰਮ ਤਾਂ ਨਹੀਂ? ਦੇਖ ਲਓ ਮਿੱਤਰ, ਹੁਣੇ ਹੀ ਸੀਗੇ ਇਹ ਕੱਚੇ, 1 ਮਿੰਟ ਦੇ ਵਿੱਚ ਪੱਕ ਗਏ। ਤੁਹਾਨੂੰ ਕਰਦਾ ਟੇਸਟ, ਉਸ ਤੋਂ ਬਾਅਦ ਜਦੋਂ ਨਿਊਡਲ ਬਣਨ ਲੱਗੇ ਫਿਰ ਦਿਖਾਊਂ ਵੀਡੀਓ। ਡਰਾਈਵਰ ਬਦਲ ਗਿਆ ਹੁਣ, ਹੈਲੋ ਬਾਈ। ਮਟਰ ਪਾਤੇ, ਆਲੂ ਪਾਤੇ, ਪਿਆਜ਼ ਪਾਤਾ, ਜੀਰਾ ਪਾਤਾ ਸਵਾਦ ਅਨੁਸਾਰ, ਤੜਕਾ ਲਾ ਕੇ ਜਿਹੜੇ ਆਹ ਵਾਲੇ ਪਏ ਆ ਚੱਕ ਕੇ ਇੱਧਰ ਕਰ ਦੇਣੇ ਆ। ਨਿਊਡਲ ਬਣ ਗਏ, ਫਿਰ ਖਾ ਲਓ। ਹਰੀ ਮਿਰਚ ਸਵਾਦ ਅਨੁਸਾਰ ਅਤੇ ਹੋਰ ਕੀ ਰਹਿ ਗਿਆ? ਬਸ ਲੂਣ ਮਿਰਚ ਰਹਿ ਗਿਆ ਅਤੇ ਬਾਕੀ ਆਹ ਸਮਾਨ ਆਪਣਾ ਬਣ ਗਿਆ।
ਤੇ ਹੁਣ ਆਪਾਂ ਇਸ ਤੋਂ ਬਾਅਦ ਚੱਲਾਂਗੇ ਜਗਰਾਉਂ ਜਾ ਕੇ ਆਉਣਾ ਜਿਹੜੇ ਨੇ ਕੀ ਮਾਹੌਲ ਜਗਰਾਉਂ ਵੈਸੇ ਤਾਂ ਬੰਦ ਹੀ ਆ ਪਰ ਐਮਰਜੈਂਸੀ ਆਪਾਂ ਨੂੰ ਕੰਮ ਪੈ ਗਿਆ ਸ਼ਹਿਰ ਜਾਣ ਦਾ ਚਾਹ ਵੀ ਚਾਹ ਘੁੱਟ ਪੀ ਲਈਏ ਨਾ ਸਫ਼ਰ 'ਤੇ ਜਾਣਾ ਨਾ ਫਿਰ ਆਪਾਂ ਟਰੈਵਲਿੰਗ ਕਰਨੀ ਆ ਚਾਹ ਸਫ਼ਰ ਦੇ ਵਿੱਚ ਜ਼ਰੂਰੀ ਆ ਅੱਖ ਨਹੀਂ ਲੱਗਦੀ ਬੰਦੇ ਨੀਂਦ ਨਹੀਂ ਆਉਂਦੀ ਆ ਢੱਕਣ ਖੋਲੇ ਢੱਕਣ ਖੋਲਦਾ ਨਹੀਂ ਗਾ ਫਿਰ ਮੇਰੇ ਇੱਕ ਹੱਥ ਦੇ ਵਿੱਚ ਟੈਲੀਫੋਨ ਫੜਿਆ ਹੋਇਆ ਅਤੇ ਇੱਕ ਹੱਥ ਦੇ ਵਿੱਚ ਖਰਮੋਸ਼ ਆ ਦੋਸਤੋ ਆਪਣੀਆਂ ਵੀਡੀਓ ਜਿਹੜੀਆਂ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਸਾਨੂੰ ਸ਼ੇਅਰ ਕਰਨ ਦੇ ਨਾਲ ਕੁਛ ਨਹੀਂ ਮਿਲਦਾ ਹੈਗਾ ਪਰ ਇਹ ਹੈ ਕਿ ਆਪਾਂ ਨੌਲੇਜੇਬਲ ਵੀਡੀਓ ਪਾਉਂਦੇ ਹਾਂ ਐਜੂਕੇਸ਼ਨ ਵਾਲੀਆਂ ਵੀਡੀਓ ਵੀ ਪਾਉਂਦੇ ਰਹਿੰਦੇ ਹਾਂ ਉਹਦੇ ਵਿੱਚ ਇਹ ਹੈ ਵੀ ਲੋਕਾਂ ਕੋਲ ਵੱਧ ਤੋਂ ਵੱਧ ਐਜੂਕੇਸ਼ਨ ਪਹੁੰਚੇ ਤੁਹਾਡਾ ਕੀ ਜਾਂਦਾ ਇੱਕ ਬਟਨ ਹੀ ਆਪਣਾ ਨੌਲੇਜ ਪਹੁੰਚੇ ਐਜੂਕੇਸ਼ਨ ਪਹੁੰਚੇ ਸਿੱਖਿਆ ਮਤਲਬ ਕਿ ਆਪਣਾ ਕੰਮ ਹੀ ਲੋਕਾਂ ਨੂੰ ਸਿਖਾਉਣਾ ਵਾ ਬਾਕੀ ਹਰ ਬੰਦਾ ਬੰਦੇ ਕੋਲ ਕੋਈ ਨਾ ਕੋਈ ਗਿਆਨ ਹੁੰਦਾ ਵਾ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਵੀ ਚੈਨਲ ਬਣਾਓ ਯੂਟਿਊਬ ਦੇ ਉੱਪਰ ਜੇ ਤੁਸੀਂ ਬੋਲ ਸਕਦੇ ਹੋ ਨਹੀਂ ਤਾਂ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਕਿੱਦਾਂ ਦੇ ਟੌਪਿਕ 'ਤੇ ਵੀਡੀਓ ਆਉਣੀ ਚਾਹੀਦੀ ਫਿਰ ਆਪਾਂ ਬੋਲ ਲਿਆ ਕਰਾਂਗੇ ਉੱਧਰ ਦੇ ਟੌਪਿਕ ਦੇ ਉੱਤੇ ਲਓ ਵੀ ਦੋਸਤੋ ਆਪਾਂ ਚੱਲੇ ਹੁਣ ਜਗਰਾਉਂ ਨੂੰ ਟਰੈਕਟਰ ਖੜ੍ਹਾ ਗੱਡੀ ਖੜ੍ਹੀ ਆ ਕਹੋ ਗੱਡੀ ਖੜ੍ਹੀ ਨਾਲ ਦੇ ਗੁਆਂਢੀਆਂ ਦੇ ਅੱਜ ਸੀਗਾ ਵਿਆਹ ਉਹ ਇੱਥੇ ਖੜ੍ਹਾ ਕੇ ਸਾਧਨ ਟਰੈਕਟਰ ਅਤੇ ਗੱਡੀ ਮੰਤਰੀ ਦੇ ਘਰੋਂ ਸਕੂਟਰ ਚੱਕ ਕੇ ਜਗਰਾਉਂ ਦੇਖਦੇ ਕੀ ਮਾਹੌਲ ਆ ਉੱਥੇ ਮੈਚਾਂ ਵਿੱਚ ਬੰਦਾ ਬਹੁਤ ਖਰਾਬ ਆ ਸਕੂਟਰ ਪੂਰਾ ਤੇਲ ਤੂਲ ਚੈੱਕ ਕੀਤਾ ਨੀ ਪਰ ਲਓ ਵੀ ਮਿੱਤਰੋ ਪਹੁੰਚ ਗਏ ਆਪਾਂ ਜਗਰਾਉਂ ਸਾਰੇ ਸ਼ਹਿਰ ਦੇ ਵਿੱਚ ਸ਼ਾਂਤੀ ਸ਼ਾਂਤੀ ਪਈ ਹੈ ਇਕੱਲੇ ਮੈਡੀਕਲ ਸਟੋਰ ਖੁੱਲ੍ਹੇ ਆ SBI ਬੈਂਕ ਵੀ ਅੱਧਾ ਕੁ ਸ਼ਟਰ ਡਾਊਨ ਆ ਸਾਰੇ ਸ਼ਹਿਰ ਦੇ ਵਿੱਚ ਸ਼ਾਂਤੀ ਸ਼ਾਂਤੀ ਪਈ ਆ ਇਹ ਵੈਸੇ ਸਰਕਾਰ ਦੀਆਂ ਨੀਤੀਆਂ ਕੋਲ ਸਮਝ ਨਹੀਂ ਆਉਂਦੀਆਂ ਲੋਕਾਂ ਕੋਲ ਪੈਸਾ ਤਾਂ ਪਹਿਲਾਂ ਹੀ ਨਹੀਂ ਹੈਗਾ ਜਿਹੜੇ ਜਿਨ੍ਹਾਂ ਦਾ ਮਾੜਾ ਮੋਟਾ ਰੁਜ਼ਗਾਰ ਚੱਲਦਾ ਕੰਮ ਕਾਰ ਚੱਲਦਾ ਜਿਨ੍ਹਾਂ ਦਾ ਮਾੜਾ ਮੋਟਾ ਉਹ ਹੁਣ ਬੰਦ ਪਿਆ ਵਾ ਹੁਣ ਜਿਹੜੇ ਬੰਦੇ ਨੇ ਡੇਲੀ ਕਮਾ ਕੇ ਅਤੇ ਡੇਲੀ ਉਹੀ ਪੈਸਿਆਂ ਦਾ ਦਾਲ ਸਬਜ਼ੀ ਘਰ ਜਾਂ ਕੁਛ ਤੇਲ ਆਟਾ ਕੁਛ ਵੀ ਲੈ ਕੇ ਜਾਣਾ ਜਿਹੜਾ ਮਜ਼ਦੂਰ ਬੰਦਾ ਵਾ ਉਹ ਤਾਂ ਮਾਰਿਆ ਗਿਆ ਨਾ ਜਿਹੜੇ ਅਮੀਰ ਲੋਕ ਹੈਗੇ ਜਿਨ੍ਹਾਂ ਕੋਲ ਪੈਸਾ ਸੇਫ ਪਿਆ ਵਾ ਜਾਂ ਜਿਨ੍ਹਾਂ ਕੋਲ ਹੈਗੀ ਆ ਮਨੀ ਸੇਵ ਕੀਤੀ ਵੀ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਬਿਜ਼ਨਸਮੈਨ ਲੋਕ ਆ ਜਿਹੜੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਹਨਾਂ ਲਈ ਤਾਂ ਭਾਵੇਂ 5 ਸਾਲ ਬੰਦ ਪਿਆ ਰਹੇ ਉਹਨਾਂ ਕੋਲ ਤਾਂ ਇੰਨਾ ਪੈਸਾ ਸੇਵ ਕੀਤਾ ਪਿਆ ਵਾ ਉਹ ਬੈਠ ਕੇ ਖਾ ਸਕਦੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਗੀ ਮਾਰਿਆ ਜਾਂਦਾ ਜਿਹੜਾ ਮਿਡਲ ਕਲਾਸ ਫੈਮਿਲੀ ਦੇ ਵਿੱਚ ਰਹਿੰਦਾ ਨਾ ਬੰਦਾ ਜਾਂ ਜਿਹੜੇ ਥੱਲੇ ਵਾਲੇ ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕ ਆ ਜਿਹੜੇ ਉਹ ਮਾਰੇ ਜਾਂਦੇ ਆ ਜਗਰਾਉਂ ਮੈਂ ਹੁਣ ਪੁਲ ਦੇ ਉੱਤੇ ਪਹੁੰਚ ਗਿਆ ਝਾਂਸੀ ਰਾਣੀ ਚੌਂਕ ਦੇ ਵਿੱਚ ਪਹੁੰਚਣਾ ਨਾ ਬੰਦੇ ਉੱਥੇ ਉਡੀਕ ਕਰਦੇ ਆਪਣੇ ਸ਼ਿੰਗਾਰੇ ਹੋਣੀ ਮੰਤਰੀ ਹੋਣੀ ਉਹਨਾਂ ਕੋਲ ਜਾ ਕੇ ਕਰਦੇ ਹਾਂ ਗੱਲਬਾਤ ਦੇਖ ਸਕਦੇ ਹਾਂ ਤੁਸੀਂ ਸਾਰਾ ਬਾਜ਼ਾਰ ਖਾਲੀ ਪਿਆ ਸਾਰੀਆਂ ਦੁਕਾਨਾਂ ਬੰਦ ਆਵਾਜਾਈ ਥੋੜ੍ਹੀ ਬਹੁਤੀ ਚੱਲਦੀ ਆ ਵੈਸੇ ਜਿਨ੍ਹਾਂ ਨੇ ਕੰਮ ਕਰਨ ਵਾਲੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਆ ਜਿਵੇਂ ਕਿ ਹੁਣ ਮੈਂ ਜ਼ਰੂਰੀ ਕੰਮ ਦੇ ਲਈ ਆਇਆ ਆਪਾਂ ਕਿਹੜਾ ਗੇੜਾ ਕੱਢਣਾ ਆ ਉਹ ਲੋਕ ਆਉਂਦੇ ਆ ਇੱਕ ਰੇਹੜੀ ਮਿਲੀ ਆ ਮੈਨੂੰ ਫਰੂਟ ਦੀ ਕਮਲ ਚੌਂਕ ਆ ਗਿਆ ਜਮ੍ਹਾਂ ਸ਼ਾਂਤੀ ਪਈ ਆ ਦੇਖ ਲਓ ਇੱਥੇ ਆਮ ਦਿਨਾਂ ਦੇ ਵਿੱਚ ਲੋਕਡਾਊਨ ਤੋਂ ਬਿਨਾਂ ਇੱਥੇ ਲੰਘ ਨਹੀਂ ਆਉਂਦਾ ਹੁੰਦਾ ਇੰਨੀ ਟ੍ਰੈਫਿਕ ਹੁੰਦੀ ਆ ਮੈਂ ਜਾਣਾ ਇੱਧਰ ਮੰਡੀ ਵਾਲੀ ਸਾਈਡ ਜਿਹੜਾ ਇੱਥੇ ਸਾਹਮਣੇ ਬਾਜ਼ਾਰ ਡਾਕਖਾਨੇ ਕੋਲ ਇੱਥੇ ਬਹੁਤ ਜਾਮ ਲੱਗਦਾ ਹੁੰਦਾ ਦੇਖ ਲਓ ਮਰਜ਼ੀ ਗੱਡੀ ਖਿੱਚੀ ਕਰੋ ਇੱਥੇ
ਬਾਜ਼ਾਰ ਤਾਂ ਵੈਸੇ ਹੁਣ ਦੇਖਣ ਨੂੰ ਪਤਾ ਲੱਗਦਾ ਬਹੁਤ ਖੁੱਲ੍ਹਾ, ਜਦੋਂ ਟ੍ਰੈਫਿਕ ਹੁੰਦੀ ਉਦੋਂ ਤਾਂ ਐਂ ਲੱਗਦਾ ਹੁੰਦਾ ਵੀ ਬਹੁਤ ਭੀੜਾ ਬਾਜ਼ਾਰ। ਉਹ ਬੈਠੇ ਬੰਦੇ ਆਪਣੇ ਸਾਹਮਣੇ, ਇਹਨਾਂ ਕੋਲੇ ਪਹੁੰਚਣਾ ਸੀ ਆਪਾਂ ਮੰਤਰੀ ਹੋਣੀ। ਉਹ ਮੰਤਰੀ ਹੈਲੋ, ਪਰ ਬਾਈ ਹਾਂ ਮੂੰਹ ਜੋਡੇ ਫਿਰਦੇ ਇਹਨਾਂ ਦੇ, ਪਤਾ ਨੀ ਕੀ ਚੱਕਰ ਆ। ਬਾਜ਼ਾਰ ਜਮਾਂ ਖਾਲੀ ਪਿਆ, ਕੱਲੇ ਮੰਤਰੀ ਦੇ ਮਾਸਕ ਲੱਗਾ ਹੋਇਆ, ਗੁੱਡ ਬੰਦਾ ਮੰਤਰੀ, ਮੰਤਰੀ ਡਰਦਾ ਛੱਤਰਾਂ ਦਾ। ਇਹ ਬੰਦਾ ਹਮੇਸ਼ਾ ਲੇਟ ਪਹੁੰਚਣ ਵਾਲਾ, ਅੱਜ ਪਹਿਲਾਂ ਆਇਆ ਹੋਇਆ। ਹਾਂਜੀ ਠੀਕ ਠਾਕ ਹੋ? ਮੂੰਹ ਜੇ ਉੱਡੇ ਫਿਰਦੇ ਤੁਹਾਡੇ, ਕੀ ਚੱਕਰ ਕੀ ਆ, ਚੜਾਈ ਆ ਤੁਹਾਡੀ? ਹੁੰਦੇ ਗਏ ਆਪਣੇ ਉਹ, ਹੁਣ ਆਪਾਂ ਜਾਣਾ ਘਰੇ। ਕੰਮ ਅਧੂਰਾ ਰਹਿ ਗਿਆ ਆਪਣਾ, ਕੱਲ ਨੂੰ ਦੇਖੋ, ਕੱਲ ਨੂੰ ਫਿਰ ਚੱਕਰ ਮਾਰਾਂਗੇ, ਵੀਡੀਓ ਟਾਈਮ ਹੋਇਆ ਤਾਂ ਬਣਾਵਾਂਗੇ। ਚੱਲ ਬਈ ਗਰਕੋ, ਵੈਸੇ ਪਿਛਲੇ ਸਾਲ ਨਾਲੋਂ ਰਿਲੈਕਸੇਸ਼ਨ ਹੈਗੀ ਹੈ ਇਸ ਵਾਰ ਕੁਛ, ਪਰ ਪਤਾ ਕੁਛ ਨਹੀਂ। 15 ਤਰੀਕ ਤੱਕ ਹੀ ਕਿਹਾ ਸੀ ਇਹਨਾਂ ਨੇ ਪਹਿਲਾਂ ਲੋਕਡਾਊਨ, ਬਾਕੀ 15 ਤੋਂ ਬਾਅਦ ਦੇਖੋ ਕੀ ਬਣਦਾ। ਪਿਛਲੇ ਸਾਲ ਤਾਂ ਵਾਲੀ ਚੂੜੀ ਟਾਈਟ ਕੀਤੀ ਹੋਈ ਸੀ, ਪਿਛਲੇ ਸਾਲ ਤਾਂ ਪਿੰਡਾਂ ਦੇ ਵਿੱਚ ਵੀ ਘਰਾਂ ਦੇ ਵਿੱਚੋਂ ਬਾਹਰ ਨਹੀਂ ਸੀ ਨਿਕਲਣ ਦਿੰਦੇ, ਹੁਣ ਤਾਂ ਚਲੋ ਸ਼ਹਿਰਾਂ ਦੇ ਵਿੱਚ ਵੀ ਲੋਕ ਤੁਰੇ ਫਿਰਦੇ ਆ। ਪਿਛਲੇ ਸਾਲ ਤਾਂ ਪੂਰੀ ਡੰਡਾ ਪਰੇਡ ਹੁੰਦੀ ਹੁੰਦੀ ਸੀ, ਬੜਾ ਮਾਹੌਲ ਗਰਮ ਸੀਗਾ। ਖੁੱਲ੍ਹ ਜਾਵੇ ਲੋਕਡਾਊਨ ਤਾਂ ਵਧੀਆ, ਲੋਕ ਵੈਸੇ ਆਪਣਾ ਧਿਆਨ ਰੱਖਣ ਮਾਸਕ ਵਗੈਰਾ ਲਾਉਂਦੇ ਨਹੀਂ ਹੈਗੇ। ਹੁਣ ਚਲੋ ਮੈਂ ਤਾਂ ਇਕੱਲਾ ਬੈਠਾ ਵਾਂ ਗੱਡੀ ਦੇ ਵਿੱਚ, ਹੁਣ ਕੋਈ ਚੱਕਰ ਨਹੀਂ ਹੈਗਾ। ਘਰ ਦੇ ਵਿੱਚ ਵੀ ਚਲੋ ਆਪਾਂ ਘਰ ਦੇ ਵਿੱਚ ਜੇ ਤਾਂ ਸਾਰੇ ਸਹੀ ਸਲਾਮਤ ਹੈਗੇ, ਜੇ ਕਿਸੇ ਨੂੰ ਮਾੜਾ ਮੋਟਾ ਜ਼ੁਕਾਮ ਖੰਘ ਹੈਗਾ ਉਹਨੂੰ ਮਾਸਕ ਲਾਉਣਾ ਚਾਹੀਦਾ, ਉਹ ਆਪਣੇ ਆਪ ਹੀ ਬੰਦਾ ਦੂਜੇ ਬੰਦੇ ਤੋਂ ਦੂਰ ਹੋ ਜਾਵੇ ਜਿਹੜਾ ਤੰਦਰੁਸਤ ਹੈਗਾ ਵਾ। ਇਹ ਨਹੀਂ ਹੈਗਾ ਵੀ ਮਾਸਕ ਇਕੱਲੇ ਵੀ ਹਰ ਇੱਕ ਨਹੀਂ ਲਾਉਣਾ ਵਾ, ਪਰ ਆਪਣੇ ਆਪ ਨੂੰ ਬੰਦੇ ਨੂੰ ਦੂਰ ਕਰਨਾ ਚਾਹੀਦਾ, ਜਿਹੜਾ ਬੰਦਾ ਸਿੱਕ ਹੈਗਾ ਵਾ ਬਿਮਾਰ ਆ, ਜਿਹਦੇ ਵਿੱਚ ਕੋਵਿਡ ਦੇ ਹੈਗੇ ਆ ਸਿਮਟਮ ਵਗੈਰਾ। ਵੈਸੇ ਕੋਵਿਡ ਦੇ ਸਿਮਟਮ ਹੀ ਅੱਜ ਕੱਲ੍ਹ, ਜੇ ਕਿਸੇ ਨੂੰ ਕੋਲਡ ਵਗੈਰਾ ਫੀਵਰ ਹੁੰਦਾ ਥੋੜ੍ਹਾ ਬਹੁਤਾ, ਪਰ ਇਹ ਤਾਂ ਡਰਨ ਦੀ ਲੋੜ ਨਹੀਂ ਹੈਗੀ। ਜਿਵੇਂ ਜਿਵੇਂ ਆਪਾਂ ਨਿਊਜ਼ ਸੁਣਦੇ ਹਾਂ, ਆਪਾਂ ਨੂੰ ਨਿਊਜ਼ ਵਾਲੇ ਬਾਹਲਾ ਚੱਕਰਾਂ ਵਿੱਚ ਪਾਉਂਦਾ, ਮੀਡੀਆ ਵਾਲੇ ਜਿਹੜੇ ਹੈਗੇ ਆ ਇਹ ਵੱਧ ਚੱਕਰਾਂ ਵਿੱਚ ਪਾਉਂਦੇ ਆ, ਬੰਦਾ ਆਪਣੇ ਅੰਦਰ ਨੈਗੇਟਿਵਿਟੀ ਜ਼ਿਆਦਾ ਫੈਲਦੀ ਆ। ਆਪਾਂ ਕੀ ਕਰਦੇ ਹਾਂ, ਆਪਾਂ ਠੀਕ ਹੋਏ ਨਹੀਂ ਦੇਖਦੇ, ਜਿੰਨੇ ਠੀਕ ਹੋਏ ਆਪਾਂ ਦੇਖਦੇ ਹਾਂ ਵੀ ਕਿੰਨੇ ਵੀ ਡੈਥ ਕਿੰਨਿਆਂ ਦੀ ਹੋਈ ਆ। ਡੈਥ ਦੇ ਨਾਲ ਬੰਦਾ ਹੋਰ ਘਬਰਾ ਜਾਂਦਾ, ਜਿਹੜਾ ਥੋੜ੍ਹਾ ਬਹੁਤਾ ਬਿਮਾਰ ਹੁੰਦਾ ਉਹ ਹੌਂਸਲਾ ਛੱਡ ਦਿੰਦਾ, ਅਤੇ ਚਲੋ ਜੀ ਪਹੁੰਚ ਜਾਂਦਾ ਤਾਂ ਪਟਾਕਾ ਪੈ ਜਾਂਦਾ ਉਹਦਾ। ਮੇਨ ਗੱਲ ਆਉਂਦੀ ਆਪਣੇ ਹੌਂਸਲੇ 'ਤੇ, ਇਮਿਊਨਿਟੀ 'ਤੇ ਗੱਲ ਆਉਂਦੀ ਆ ਆਪਣੀ। 50% ਦਵਾਈ ਅਸਰ ਕਰਦੀ ਆ, 50% ਆਪਣੀ ਇਮਿਊਨਿਟੀ, ਆਪਣਾ ਹੌਂਸਲਾ। ਹੌਂਸਲਾ ਤਾਂ ਆਪਣਾ ਸਮਝ ਲਓ 100% ਹੀ ਅਸਰ ਕਰਦਾ, ਜੇ ਆਪਾਂ ਹੌਂਸਲਾ ਹੀ ਛੱਡ ਦਿੱਤਾ ਫਿਰ ਕੋਈ ਦਵਾਈ ਵੀ ਨਹੀਂ ਅਸਰ ਕਰਦੀ ਹੈਗੀ। ਹੁਣ ਕੋਈ ਮਰੀਜ਼ ਹੁੰਦਾ, ਆਪਾਂ ਮਰੀਜ਼ ਨੂੰ ਆਪਾਂ ਹੌਂਸਲਾ ਦਿੰਦੇ ਹਾਂ ਵੀ ਤੂੰ ਪਹਿਲਾਂ ਨਾਲੋਂ ਠੀਕ ਆ ਭਾਈ, ਤੰਦਰੁਸਤ ਲੱਗਦਾ ਤੂੰ ਅੱਗੇ ਨਾਲੋਂ, ਅਤੇ ਜੇ ਆਪਾਂ ਮਰੀਜ਼ ਨੂੰ ਕਹੀ ਜਾਈਏ ਵੀ ਤੇਰੀ ਤਾਂ ਹਾਲਤ ਬਹੁਤ ਖਰਾਬ ਹੋ ਗਈ, ਤਾਂ ਉਹਨੇ ਹੋਰ ਹੌਂਸਲਾ ਛੱਡ ਜਾਣਾ, ਅਤੇ ਅੰਤ ਦੇ ਵਿੱਚ ਫਿਰ ਪਤਾ ਹੀ ਆ। ਹੌਂਸਲਾ ਨਾ ਛੱਡੋ, ਕੋਈ ਵੀ ਦਿਨ ਆਉਂਦੇ ਆ, ਚੰਗੇ ਮਾੜੇ ਦਿਨ ਹਰ ਇੱਕ 'ਤੇ ਆਉਂਦੇ ਰਹਿੰਦੇ ਆ, ਪਰ ਚੰਗੇ ਦਿਨ ਨਹੀਂ ਰਹੇ, ਹੁਣ ਮਾੜੇ ਦਿਨ ਚੱਲਦੇ ਆ ਸਾਰਿਆਂ ਦੇ ਉੱਤੇ, ਪਰ ਇਹ ਮਾੜੇ ਵੀ ਨਹੀਂ ਰਹਿਣੇ ਦੇਖਿਆ ਜਾਵੇ, ਚੰਗੇ ਵੀ ਆਉਣਗੇ। ਬਾਕੀ ਕਰਦੇ ਹਾਂ ਗੱਲਬਾਤ। ਝੂਲਾ ਲਾਇਆ ਹੈ ਇੱਥੇ ਆਪਣਾ ਘਰੇ, ਵਿਹਲੇ ਬੈਠ ਕੇ ਝੂਲਾ ਝੂਟੋ। ਕਿਉਂ ਮੰਤਰੀ? ਮੰਤਰੀ ਝੂਟੇ ਮਾਟੇ ਓ ਮੰਤਰੀ, ਸਕੂਟਰ ਬੰਦ ਜਾ ਆਉਂਦਾ, ਭਾਰਤ ਵਾਲੀਆਂ ਮਸ਼ੀਨਾਂ ਖੜੀਆਂ। ਚੰਗਾ ਵੀ ਮਿੱਤਰੋ, ਬਾਏ ਬਾਏ, ਕੱਲ੍ਹ ਨੂੰ ਇੱਕ ਨਵੀਂ ਵੀਡੀਓ ਹੋਰ ਲੈ ਕੇ ਆਵਾਂਗੇ। ਅੱਜ ਵਾਲੀ ਵੀਡੀਓ ਕਰ ਦਿਓ ਲਾਈਕ, ਸ਼ੇਅਰ, ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੀ। ਬਾਏ ਬਾਏ।